ਫਸਟ ਜੇ ਗੱਲ ਕਰੀਏ ਅਸੀਂ ਹਲਕਾ ਸ੍ਰੀ ਖਡੂਰ ਸਾਹਿਬ ਦੀ, ਤਾਂ ਖਡੂਰ ਸਾਹਿਬ ਦੇ ਵਿੱਚ ਬੈਠ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠ ਕੇ ਖਡੂਰ ਸਾਹਿਬ ਦੇ ਵਿੱਚ ਇੱਕ ਨਵਾਂ ਇਤਿਹਾਸ ਜਿਹੜਾ ਰਚਿਆ ਗਿਆ। ਜਿਵੇਂ ਪਹਿਲਾਂ ਗੱਲ ਹੁੰਦੀ ਰਹੀ ਹੈ ਕਿ ਜਿਵੇਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇੱਕ ਇਤਿਹਾਸ ਰਚਿਆ ਸੀਗਾ, ਤਾਂ ਖਡੂਰ ਸਾਹਿਬ ਦੇ ਲੋਕਾਂ ਨੇ ਇੱਕ ਉਲਾਂਭਾ ਲਾਇਆ, ਗੱਲ ਇਹ ਹੁੰਦੀ ਰਹੀ। ਬਿਲਕੁਲ ਬਿਲਕੁਲ, ਜਗ੍ਹਾ ਉਹੀ ਹੈ, ਬੇਸ਼ੱਕ ਉਦੋਂ ਤਰਨ ਤਾਰਨ ਨਾਮ ਸੀ ਇਸ ਹਲਕੇ ਦਾ, ਅੱਜ ਖਡੂਰ ਸਾਹਿਬ ਹੋ ਗਿਆ, ਪਰ ਲੋਕ ਉਹੀ ਨੇ, ਜਗ੍ਹਾ ਉਹੀ ਹੈ, ਪੰਥਕ ਹਲਕੇ ਵਜੋਂ ਜਾਣਿਆ ਜਾਂਦਾ। ਜੇਕਰ ਅੰਮ੍ਰਿਤਪਾਲ ਸਿੰਘ ਕਿਸੇ ਹੋਰ ਥਾਂ ਤੋਂ ਲੜਦੇ ਤਾਂ ਸ਼ਾਇਦ ਅਜਿਹੇ ਹਾਲਾਤ ਨਾ ਹੁੰਦੇ, ਕਿਉਂਕਿ ਬਹੁਤ ਸਾਰੇ ਹਲਕੇ ਅਜਿਹੇ ਆ ਜਿਨ੍ਹਾਂ ਦੇ ਵਿੱਚ ਪੰਥਕ ਰਾਜਨੀਤੀ ਨੂੰ ਉਸ ਤਰ੍ਹਾਂ ਨਹੀਂ ਦੇਖਿਆ ਜਾਂਦਾ। ਪਰ ਇਹ ਹਲਕਾ ਉਹ ਵੀ ਹੈ ਨਾ, ਇਹ ਸਤਨਾਮ ਸਿੰਘ, ਇਹ ਉਹੀ ਹਲਕਾ ਹੈ ਜਿੱਥੋਂ ਬੀਬੀ ਖਾਲੜਾ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਲੋਕਾਂ ਦਾ ਇਹ ਕਹਿਣਾ ਸੀਗਾ ਬਈ ਜਿੱਥੇ ਅਸੀਂ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਸਰਕਾਰ ਨੇ ਧੱਕਾ ਕੀਤਾ, ਠੀਕ ਹੈ, ਬਹੁਤ ਸਾਰੀਆਂ ਗੱਲਾਂ ਦੇ ਨਾਲ ਲੋਕ ਇਹ ਵੀ ਕਹਿੰਦੇ ਸੀਗੇ ਵੀ ਅਸੀਂ ਸਹਿਮਤ ਨਹੀਂ ਹਾਂ, ਪਰ ਫਿਰ ਵੀ ਜੋ ਸਰਕਾਰ ਦਾ ਕੰਮ ਸੀ ਉਹ ਠੀਕ ਨਹੀਂ ਸੀ। ਸਰਕਾਰ ਨੇ ਸਿੱਧਾ ਸਿੱਧਾ ਧੱਕਾ NSA ਨਹੀਂ ਬਣਦੀ ਸੀ ਇਹਨਾਂ ਲੋਕਾਂ ਦੇ ਉੱਤੇ, ਇਹਨਾਂ ਨੂੰ ਡਿਬਰੂਗੜ੍ਹ ਭੇਜਣਾ ਗਲਤ ਸੀਗਾ, ਅਤੇ ਉਹਦੇ ਕਰਕੇ ਸਾਫ਼ ਤੌਰ 'ਤੇ ਲੋਕਾਂ ਨੇ ਅੱਜ ਫਤਵਾ ਦਿੱਤਾ ਹੈ। ਅਤੇ ਖਡੂਰ ਸਾਹਿਬ ਦੇ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਦੀ ਝੋਲੀ ਦੇ ਵਿੱਚ ਜਿੱਤ ਜਿਹੜੀ ਹੈਗੀ ਆ ਉਹ ਯਕੀਨੀ ਹੈ। ਹੁਣ ਤਾਂ ਹੁਣ ਇਸ ਮੁਕਾਬਲੇ ਦੇ ਵਿੱਚ ਅੰਮ੍ਰਿਤਪਾਲ ਸਿੰਘ ਕਿੰਨੀਆਂ ਵੋਟਾਂ ਦੇ ਨਾਲ ਜਿੱਤਦੇ ਨੇ ਇਹ ਸਿਰਫ ਰਹਿ ਚੁੱਕਿਆ, ਕਿਉਂਕਿ 1 ਲੱਖ ਤੋਂ ਵੱਧ ਦੀ ਲੀਡ ਹੈ ਉਹ ਅੰਮ੍ਰਿਤਪਾਲ ਸਿੰਘ ਹੋਰੀ ਲੈ ਚੁੱਕੇ ਨੇ। ਲੋਕਾਂ ਦਾ ਕਹਿਣਾ ਸੀਗਾ ਵੀ ਅਸੀਂ ਜਿੱਥੇ ਅੰਮ੍ਰਿਤਪਾਲ ਸਿੰਘ ਨੂੰ ਜਿਤਾਉਣਾ ਹੈ ਉੱਥੇ ਬੀਬੀ ਖਾਲੜਾ ਦਾ ਪਿਛਲਾ ਉਲਾਂਭਾ ਵੀ ਲਾਉਣਾ ਹੈ। ਸੋ ਉਸੇ ਦੇ ਕਰਕੇ ਅੱਜ ਇੱਕ ਵੱਡਾ ਇਤਿਹਾਸ ਡਿਬਰੂਗੜ੍ਹ ਜੇਲ੍ਹ 'ਚ ਬੈਠੇ ਅੰਮ੍ਰਿਤਪਾਲ ਸਿੰਘ ਨੇ ਰਚਿਆ, ਅਤੇ ਖਡੂਰ ਸਾਹਿਬ ਦੀ ਜਿਹੜੀ ਸੀਟ ਹੈ ਉਹ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਦੇ ਮਾਤਾ ਜਾਂ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਰਿਵਾਰ ਜਾਂ ਅੰਮ੍ਰਿਤਪਾਲ ਸਿੰਘ ਦੀ ਝੋਲੀ ਦੇ ਵਿੱਚ ਪਾ ਦਿੱਤੀ ਹੈ। ਬਿਲਕੁਲ, ਆਪ ਮੁਹਾਰੇ ਪਈ ਵੋਟ ਇਹ ਜੋ ਸਾਹਮਣੇ ਆ ਰਹੀ ਹੈ ਖਡੂਰ ਸਾਹਿਬ ਤੋਂ, ਕਿਉਂਕਿ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ 1 ਮਿੰਟ ਵੀ ਨਹੀਂ ਮਿਲਦਾ ਕਿ ਉਹ ਇੱਥੇ ਆ ਕੇ ਪ੍ਰਚਾਰ ਕਰ ਸਕਣ, ਇੱਥੋਂ ਤੱਕ ਕਿ ਜੇਕਰ ਨਾਮਜ਼ਦਗੀ ਵੀ ਭਰਨੀ ਹੁੰਦੀ ਹੈ ਤਾਂ ਉੱਥੋਂ ਹੀ ਭਰ ਕੇ ਉਹਨਾਂ ਨੂੰ ਭੇਜਣੀ ਪੈਂਦੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕਿ ਜਿਸ ਕੈਂਡੀਡੇਟ ਦੇ ਵੱਲੋਂ 1 ਮਿੰਟ ਦੇ ਲਈ ਵੀ ਪ੍ਰਚਾਰ ਨਾ ਕੀਤਾ ਹੋਵੇ ਅਤੇ ਚਿਹਰਾ ਤੱਕ ਨਾ ਲੋਕਾਂ ਨੂੰ ਦਿਖਾਇਆ ਹੋਵੇ, ਅਤੇ ਜਿਸ ਦਿਨ ਵੋਟਾਂ ਪੈਂਦੀਆਂ ਉਸ ਦਿਨ ਅੰਮ੍ਰਿਤਪਾਲ ਹੋਰਾਂ ਦੇ ਮਾਪੇ ਵੀ ਘਰ ਬੈਠੇ ਹੋਣ ਅਤੇ ਲੋਕਾਂ ਵੱਲੋਂ ਆਪ ਹੀ ਮੋਰਚੇ ਬੂਥਾਂ ਦੇ ਉੱਤੇ ਸਾਂਭੇ ਗਏ ਹੋਣ, ਤਾਂ ਆਪਣੇ ਆਪ ਦੇ ਵਿੱਚ ਇਤਿਹਾਸਕ ਗੱਲ ਤਾਂ ਇਸ ਨੂੰ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਬੜੀ ਇਤਿਹਾਸਕ ਗੱਲ ਹੈ, ਅਤੇ ਅਜਿਹਾ ਹੋਣਾ ਕਿਤੇ ਨਾ ਕਿਤੇ ਪੰਜਾਬ ਦੀ ਆਉਣ ਵਾਲੀ ਰਾਜਨੀਤੀ ਦੇ ਲਈ ਵੀ ਕੁਝ ਵੱਖਰੇ ਸੰਕੇਤ ਜ਼ਰੂਰ ਦਊਗਾ। ਸੋ ਪੰਜਾਬ ਦੇ ਵਿੱਚ ਕਾਂਗਰਸ ਦਾ ਜਿਹੜਾ ਵੋਟ ਬੈਂਕ ਹੈਗਾ, BJP ਦਾ ਵੋਟ ਬੈਂਕ ਹੈਗਾ, ਉਹ ਜਿਹੜਾ ਕਿਤੇ ਨਾ ਕਿਤੇ ਪਹਿਲਾਂ ਨਾਲੋਂ ਵਾਧਾ ਘੱਟਦਾ ਨਜ਼ਰ ਆਇਆ। ਅਕਾਲੀ ਦਲ ਕੋਲ ਮਹਿਜ਼ 13% ਜਿਹੜੇ ਹੈਗੀ ਆ ਵੋਟ ਆਈ ਹੈ, ਆਪ ਦਾ ਵੋਟ ਬੈਂਕ 26% ਹੈ, ਅਤੇ ਉਸਦੇ ਨਾਲ ਹੀ ਲਗਭਗ ਕਾਂਗਰਸ ਦਾ ਵੋਟ ਬੈਂਕ ਜਿਹੜਾ ਹੈਗਾ ਉਹ ਵੀ 26% ਰਿਹਾ, 17% ਜਿਹੜੀ ਵੋਟ ਹੈਗੀ ਹੈ ਉਹ ਪੰਜਾਬ ਦੇ ਵਿੱਚ BJP ਨੂੰ ਪਈ ਹੈ। ਸੋ ਇਹ ਚੀਜ਼ਾਂ ਵੀ ਬਹੁਤ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤੀ ਨੂੰ ਤੈਅ ਕਰਨਗੀਆਂ ਕਿ ਰਾਜਨੀਤਿਕ ਧਿਰਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਭਰੋਸਾ ਜਿੱਤਣ ਦੇ ਲਈ ਕੀ ਕਰਦੀਆਂ ਨੇ।